ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਪ੍ਰੀਤ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਪੰਜਾਬ ਦੀਆਂ ਤਾਜ਼ਾ ਤਰੀਨ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਨਜ਼ਰ ਮਾਰਦੇ ਹਾਂ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ ਉੱਤੇ ਤਿੰਨ ਕਾਨੂੰਨ ਲਾਗੂ ਕਰਨ ਲਈ ਪੈਦਾ ਹੋ ਸਕਦਾ ਵਿੱਤੀ ਸੰਕਟ ਗੈਸ ਸਿਲੰਡਰ 300 ਰੁਪਏ ਸਸਤਾ ਅਗਲੇ 8 ਮਹੀਨਿਆਂ ਲਈ ਛੋਟ ਅਮਰਪਾਲ ਸਿੰਘ ਦੀ ਸਖਤ ਤਾਰਨਾ ਪਿੱਛੋਂ ਮਾਤਾ ਬਲਵਿੰਦਰ ਕੌਰ ਨੇ ਦਿੱਤੀ ਸਫਾਈ ਸਰਕਾਰ ਦਾ ਵੱਡਾ ਫੈਸਲਾ ਹੁਣ ਪਟਵਾਰੀ ਦਫ਼ਤਰ ਗੇੜੇ ਮਾਰਨ ਦੀ ਲੋੜ ਨਹੀਂ ਘਰ ਬੈਠਿਆਂ ਹੀ ਹੋਵੇਗਾ ਕੰਮ 25 ਜੂਨ ਤੋਂ ਬਾਅਦ ਚੋਣਾਂ ਲਾਉਣ ਵਾਲੇ ਇਸ ਜ਼ਿਲ੍ਹੇ ਦੇ 120 ਕਿਸਾਨ ਹੋਣਗੇ ਸਨਮਾਨ ਪੰਜਾਬ ਦੇ ਵਿੱਚ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ ਕੰਗਰਾਂ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਭਰਾ ਨੇ ਲਾਈਵ ਹੋ ਕੇ ਰੱਖੀ ਮੰਗ ਪੁਲਗਾਮ ਦੇ ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ ਅੱਠ ਅਤਵਾਦੀ ਢੇਰ ਹੁਣ ਦੱਸਦਾ ਵੀ ਤਸਦੀਕ ਕਰਾਉਣ ਲਈ ਪਟਵਾਰੀ ਦਫ਼ਤਰ ਜਾਣ ਦੀ ਲੋੜ ਨਹੀਂ ਹੈ ਟਰੈਕਟਰ ਪਿੱਛੇ ਬੰਨ ਕੇ ਮੱਝ ਨੂੰ ਘਸੀਟਣ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ ਨਵਦੀਪ ਦੀ ਰਿਹਾਈ ਨੂੰ ਲੈ ਕੇ 17 ਨੂੰ ਐਸਪੀ ਦਫ਼ਤਰ ਕੇਰਨ ਦਾ ਐਲਾਨ ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਸ਼ਿਵ ਸੈਨਾ ਲੀਡਰ ਤੇ ਹਮਲਾ ਸੁਚੇਲ ਕੁਮਾਰ ਰਿੰਕੂ ਨੇ ਮੌਜੂਦਾ ਐਮਪੀ ਦਰਜੀਤ ਚੰਨੀ ਨੂੰ ਭੇਜਿਆ ਕਾਨੂੰਨੀ ਨੋਟਿਸ ਭੋਲੇ-ਪਾਲੇ ਤੇ ਬੇਰੋਜ਼ਗਾਰ ਲੋਕਾਂ ਨੂੰ ਬੈਂਕਾਂ ਦੀ ਨਵੀਂ ਸਕੀਮ ਦਾ ਲਾਲਚ ਦੇ ਮਾਰੀ ਠੱਗੇ ਪ੍ਰਧਾਨ ਮੰਤਰੀ ਮੋਦੀ 22ਵੇਂ ਭਾਰਤ ਰੂਸ ਸਲਾਨਾ ਸੰਮੇਲਨ 'ਚ ਲੈਣਗੇ ਹਿੱਸਾ ਮੁਕਸਰ ਤੋਂ ਲੰਬੇ ਰੂਟਾਂ ਦੀਆਂ ਰੇਲ ਲਾ ਚਲਾਉਣ ਦੀ ਮੰਗ ਅੰਮ੍ਰਿਤਸਰ ਦੇ ਹਾਤੀ ਸੀਏ ਸਟਾਫ ਵੱਲੋਂ 2 ਕਿਲੋ 500 ਗ੍ਰਾਮ ਅਫੀਮ ਸਮੇਤ ਪਿਓ ਪੁੱਤ ਕਾਬੂ ਔਰਤਾਂ ਨੂੰ 1100 ਰੁਪਏ ਦੇਣ ਵਾਸਤੇ ਆਈ ਵੱਡੀ ਖਬਰ ਵੀਡੀਓ ਦੇ ਵਿੱਚ ਸਾਰੀਆਂ ਖਬਰਾਂ ਬਹੁਤ ਹੀ ਮਹੱਤਵਪੂਰਨ ਹੈ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਫੇਸਬੁੱਕ WhatsApp ਦੇ ਮਾਧਿਅਮ ਦੇ ਰਾਹੀਂ ਗਰੁੱਪਾਂ ਦੇ ਵਿੱਚ ਜ਼ਰੂਰ ਸ਼ੇਅਰ ਕਰ ਦਿਓ ਜਾਣਕਾਰੀ ਬਹੁਤ ਹੀ ਮਹੱਤਵਪੂਰਨ ਹੈ ਕਿਸੇ ਹੋਰ ਚੈਨਲ ਤੇ ਤੁਹਾਨੂੰ ਜਾਣ ਦੀ ਲੋੜ ਨਹੀਂ ਹੈ ਸਾਰੀਆਂ ਖਬਰਾਂ ਇਸ ਚੈਨਲ ਦੇ ਉੱਤੇ ਮਿਲ ਜਾਣਗੀਆਂ ਜੀ ਵੱਧਦੇ ਹਾਂ ਸਭ ਤੋਂ ਪਹਿਲੀ ਖਬਰ ਦੇ ਵੱਲ ਤੈਨ ਕਾਨੂੰਨ ਲਾਗੂ ਕਰਨ ਲਈ ਪੈੜਾ ਹੋ ਸਕਦਾ ਵਿੱਤੀ ਸੰਕਟ ਹੈ ਪੰਜਾਬ ਸਰਕਾਰ ਨੇ ਕੇਂਦਰ ਤੋਂ ਮੰਗ ਦੀ ਮਦਦ ਕੀਤੀ ਹੈ ਪੰਜਾਬ ਸਰਕਾਰ ਵੱਲੋਂ 15 ਕਰੋੜ ਰੁਪਏ ਜਾਰੀ ਕੀਤੇ ਗਏ ਚਲਾਨ ਪੇਸ਼ ਕਰਨ ਤੱਕ ਐਫਆਈਆਰ ਦਰਜ ਕਰਨ ਨਾਲ ਸੰਬੰਧਤ ਸਾਰਾ ਕੰਮ ਆਨਲਾਈਨ ਕੀਤਾ ਜਾਣਾ ਹੈ ਪੰਜਾਬ ਸਰਕਾਰ ਨੇ ਤਿੰਨ ਨਵੇਂ ਅਪਰਾਧਿਕ ਕਾਨੂੰਨਾ ਸੰਬੰਧੀ ਵਿੱਤੀ ਸਹਾਇਤਾ ਲਈ ਕੇਂਦਰ ਨੂੰ ਪੱਤਰ ਲਿਖਿਆ ਹੈ ਨਵੇਂ ਕਾਨੂੰਨ ਤਹਿਤ ਐਫਆਈਆਰ ਦਰਜ ਕਰਨਾ ਅਤੇ ਚਲਾਨ ਪੇਸ਼ ਕਰਨਾ ਨਾਲ ਸੰਬੰਧਤ ਸਾਰਾ ਕੰਮ ਆਨਲਾਈਨ ਕੀਤਾ ਜਾਣਾ ਹੈ ਅਜੇਚ ਸਰਕਾਰ ਨੇ ਇਹਨਾਂ ਨੂੰ ਲਾਗੂ ਕਰਨ ਲਈ ਕੇਂਦਰ ਤੋਂ ਮੰਗ ਮਦਦ ਦੀ ਮੰਗ ਮੰਗੀ ਹੈ ਰਾਜ ਵਿੱਚ ਕੈਮੀਕਲ ਲੈਬ ਬਣਾਉਣ ਵਰਗਾ ਕੰਮ ਵੀ ਲੜਕਿਆ ਪਿਆ ਹੈ ਆਨਲਾਈਨ ਦੀ ਪੋਰਟਲ ਰਿਪੋਰਟ ਦੇ ਮੁਤਾਬਕ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਤਿੰਨੇ ਨਵੇਂ ਕਾਨੂੰਨਾ ਭਾਰਤੀ ਨਿਆਂ ਸੰਹਿਤਾ ਭਾਰਤੀ ਸਿਵਲ ਰੱਖਿਆ ਕੋਡ ਅਤੇ ਭਾਰਤੀ ਸਬੂਤ ਕਾਨੂੰਨ ਨੂੰ ਸਹੀ ਢੰਗ ਨਾਲ ਲਾਗੂ ਕਰਨ ਦੇ ਰਾਹ ਵਿੱਚ ਵਿੱਤੀ ਸੰਕਟ ਪੈਦਾ ਹੋ ਸਕਦਾ ਹੈ ਕਿਉਂਕਿ ਨਵੇਂ ਕਾਨੂੰਨਾ ਤਹਿਤ ਐਫਆਰ ਦਰਜ ਕਰਨ ਤੋਂ ਲੈ ਕੇ ਚਲਾਨ ਪੇਸ਼ ਕਰਨ ਤੱਕ ਦਾ ਸਾਰਾ ਕੰਮ ਆਨਲਾਈਨ ਕੀਤਾ ਜਾਣਾ ਤੇ ਇਸ ਦੀ ਮਿਆਦ ਵੀ ਤੈਅ ਕੀਤੀ ਗਈ ਹੈ ਵੀ ਕਿੰਨੇ ਸਮੇਂ ਦੇ ਵਿੱਚ ਇਹ ਕੰਮ ਪੂਰਾ ਹੋਣਾ ਚਾਹੀਦਾ ਹੈ ਬਾਦਿਆਂ ਅਗਲੀ ਖਬਰ ਵੱਲ ਗੈਸ ਸਿਲੰਡਰ 300 ਰੁਪਏ ਸਸਤਾ ਅਗਲੇ 8 ਮਹੀਨਿਆਂ ਲਈ ਛੋਟ ਹੈ ਮੋਦੀ ਸਰਕਾਰ ਨੇ ਆਪਣੇ ਪਹਿਲੇ ਕਾਰਜਕਾਲ 'ਚ ਕਈ ਅਜਈਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਜਿਨ੍ਹਾਂ ਦਾ ਔਰਤਾਂ ਨੂੰ ਫਾਇਦਾ ਹੋਇਆ ਹੈ ਇਹ ਜਿਹੇ ਇੱਕ ਯੋਜਨਾ ਪੀਐਮ ਯੂਵਾਈ ਯਾਨੀ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਇਸ ਸਕੀਮ ਦੇ ਲਾਭਪਾਤਰੀਆਂ ਲਈ ਖੁਸ਼ਖਬਰੀ ਹੈ ਦਰਅਸਲ ਅਗਲੇ 8 ਮਹੀਨਿਆਂ ਤੱਕ ਲਾਭਪਾਤਰੀਆਂ ਨੂੰ ਆਮ ਉਗਾਹਕਾਂ ਦੇ ਮੁਕਾਬਲੇ 300 ਰੁਪਏ ਸਸਤਾ ਐਲਪੀਜੀ ਸਿਲੰਡਰ ਮਿਲੇਗਾ ਅਗਲੀ ਖਬਰ ਅਮਰਪਾਲ ਸਿੰਘ ਦੀ ਤਾੜਨਾ ਪਿੱਛੋਂ ਮਾਤਾ ਬਲਵਿੰਦਰ ਕੌਰ ਨੇ ਦਿੱਤੀ ਸਫਾਈ ਪੰਜਾਬ ਦੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਜਾ ਸਾंसद ਮੈਂਬਰ ਅਮਰਪਾਲ ਸਿੰਘ ਨੇ ਸ਼ੁੱਕਰਵਾਰ ਨੂੰ ਐਮਪੀ ਅਹੁਦੇ ਲਈ ਹਲਫ ਲੈ ਲਿਆ ਉਹਨਾਂ ਨੂੰ ਸੌਂ ਚੁੱਕਣ ਦੀ ਇਸਾਨ ਦੀ ਡਿਬੁਰਗਰ ਜੇਲ੍ਹ ਤੋਂ ਫੌਜੀ ਜਹਾਜ਼ ਵਿੱਚ ਸਖਤ ਸੁਰੱਖਿਆ ਹੇਠ ਦਿੱਲੀ ਲਿਆਂਦਾ ਗਿਆ ਇਸ ਦੌਰਾਨ ਉਹਨਾਂ ਦੀ ਮਾਤਾ ਬਲਵਿੰਦਰ ਕੌਰ ਦਾ ਇੱਕ ਬਿਆਨ ਵਾਇਰਲ ਹੋ ਰਿਹਾ ਸੀ ਪੱਤਰਕਾਰਾਂ ਦੇ ਸਵਾਲ ਉੱਤੇ ਉਹਨਾਂ ਕਿਹਾ ਕਿ ਕੋਈ ਕੁਝ ਵੀ ਕਹੀ ਜਾਵੇ ਅਮਰਪਾਲ ਕੋਈ ਖਾਲਿਸਤਾਨੀ ਨਹੀਂ ਹੈ ਉਹਨਾਂ ਦੇ ਲੋਕ ਸਭਾ ਮੈਂਬਰ ਵੱਜੋਂ ਸੌਂ ਚੁੱਕਣ ਕਾਰਨ ਸਮਰਥਕ ਕਾਫੀ ਖੁਸ਼ ਹਨ ਮੈਂ ਸਰਕਾਰ ਤੋਂ ਮੰਗ ਕਰਦੀ ਹਾਂ ਕਿ ਜੇਲ੍ਹ ਤੋਂ ਉਸ ਨੂੰ ਰਿਹਾ ਕੀਤਾ ਜਾਵੇ ਜਿਸ ਤੋਂ ਬਾਅਦ ਅਮਰਪਾਲ ਸਿੰਘ ਨੇ ਇਸ ਬਿਆਨ ਉੱਤੇ ਸਖਤ ਇਤਰਾਜ਼ ਜਤਾਇਆ ਸੀ ਮਾਤਾ ਦੇ ਇਸ ਬਿਆਨ ਉੱਤੇ ਅਮਰਪਾਲ ਦੀ ਸਫਾਈ ਸਾਹਮਣੇ ਆਈ ਸੀ ਉਹਨਾਂ ਦੀ ਟੀਮ ਵੱਲੋਂ ਟਵੀਟ ਕਰਦੇ ਕਿਹਾ ਗਿਆ ਕਿ ਕੱਲ ਮਾਤਾ ਜੀ ਵੱਲੋਂ ਦਿੱਤੇ ਬਿਆਨ ਵਾਰਿਸ ਜਦੋਂ ਸਾਨੂੰ ਪਤਾ ਲੱਗਾ ਤਾਂ ਮੇਰਾ ਮਨ ਬਹੁਤ ਦੁ ਬੇਸ਼ੱਕ ਮੈਨੂੰ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ ਹੈ ਪਰ ਫਿਰ ਵੀ ਅਜਿਹੇ ਬਿਆਨ ਮੇਰੇ ਪਰਿਵਾਰ ਜਾਂ ਕਿਸੇ ਵੀ ਸਾਖਸ਼ਕ ਵੱਲੋਂ ਜੋ ਮੇਰੀ ਹਮਾਇਤ ਕਰਦਾ ਉਸ ਵੱਲੋਂ ਨਹੀਂ ਆਉਣਾ ਚਾਹੀਦਾ ਅਗਲੀ ਖਬਰ ਹੈ ਸਰਕਾਰ ਦਾ ਵੱਡਾ ਫੈਸਲਾ ਹੁਣ ਪਟਵਾਰੀ ਦਫ਼ਤਰ ਗੇੜੇ ਮਾਰ ਦੀ ਲੋੜ ਨਹੀਂ ਘਰ ਬੈਠਿਆ ਸਾਰਾ ਕੰਮ ਹੋਵੇਗਾ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਅਨੁਸਾਰ ਸਰਕਾਰ ਵੱਲੋਂ ਨਾਗਰਿਕਾਂ ਨੂੰ ਦਿੱਤੀਆਂ ਜਾਂਦੀ ਸਵਾਵਾਂ ਨੂੰ ਨਿਰਭੈਗਨ ਅਤੇ ਹੋਰ ਸਖਾਲਾ ਬਣਾਉਣ ਦੇ ਉਦੇਸ਼ ਨਾਲ ਇੱਕ ਅਹਿਮ ਕਦਮ ਚੁੱਕਦਿਆਂ ਸੂਬੇ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਨੇ ਈ-ਗਵਰਨੈਂਸ ਪ੍ਰਣਾਲੀ ਵਿੱਚ ਵਟਵਾਰੀਆਂ ਨੂੰ ਸ਼ਾਮਲ ਕੀਤਾ ਹੈ ਜਿਸ ਨਾਲ ਹੁਣ ਦਸਤਾਵੇਜ਼ ਵੈਰੀਫਿਕੇਸ਼ਨ ਸੰਬੰਧੀ ਜ਼ਿਆਦਾਤਰ ਸਵਾਵਾਂ ਦਾ ਲਾਭ ਲੋਕ ਘਰ ਬੈਠੇ ਲੈ ਸਕਣਗੇ ਇਹ ਕਦਮ ਜਾਤੀ ਰਿਹਾਈਸ਼ੀ ਬੁਢਾਪਾ ਪੈਨਸ਼ਨ ਸਕੀਮ ਅਤੇ ਆਮਦਨ ਸਰਟੀਫਿਕੇਟ ਸਮੇਤ ਹੋਰ ਕਈ ਸਰਟੀਫਿਕੇਟਾਂ ਨੂੰ ਤਸਦੀਕ ਪ੍ਰਕਿਰਿਆ ਨੂੰ ਸੁਚਾਰੂ ਬਣਾਵੇਗਾ ਪੰਜਾਬ ਦੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਨ ਸ਼ਿਕਾਇਤਾਂ ਬਾਰੇ ਮੰਤਰੀ ਅਮਨ ਅਰੂੜਾ ਨੇ ਦੱਸਿਆ ਕਿ ਆਨਲਾਈਨ ਵੈਰੀਫਿਕੇਸ਼ਨ ਲਈ ਸਾਰੇ ਪਟਵਾਰੀਆਂ ਦੀਆਂ ਲੌਗਇਨ ਆਈਡਿਜ਼ ਬਣਾਈਆਂ ਜਾਣਗੀਆਂ ਉਹਨਾਂ ਕਹੇ ਕਿ ਪਟਵਾਰੀਆਂ ਨੂੰ ਆਨਲਾਈਨ ਸਿਸਟਮ ਵਿੱਚ ਸ਼ਾਮਲ ਕਰਨ ਲਈ ਬਿਨਾਂ ਕਾਰਨ ਹੁਣ ਆਪਣੇ ਵੈਰੀਫਿਕੇਸ਼ਨ ਰਿਪੋਰਟ ਲਈ ਦਸਤਾਖਤ ਤਿਆਰ ਕੀਤੇ ਜਾਣਗੇ ਅਗਲੀ ਕਵਰ 23 ਜੂਨ ਤੋਂ ਬਾਅਦ ਝੋਨਾ ਲਾਉਣ ਵਾਲੇ ਇਸ ਜ਼ਿਲ੍ਹੇ ਦੇ 120 ਕਿਸਾਨਾਂ ਨੂੰ ਮਿਲਣਗੇ 7 ਲੱਖ ਰੁਪਏ ਕੀਤਾ ਜਾਵੇਗਾ ਸਨਮਾਨਿਤ ਸਿਹਤ ਸਿੱਖਿਆ ਤੇ ਵਾਤਾਵਰਣ ਤੋਂ ਬਾਅਦ ਹੁਣ ਪਿੰਡ ਦੇ ਬੱਲੋ ਜ਼ਿਲ੍ਹੇ ਦੇ ਵਿੱਚ ਜ਼ਿਲ੍ਹੇ ਦੇ ਪਿੰਡ ਬੱਲੋ ਗੁਰਬਚਨ ਸਿੰਘ ਸੇਵਾ ਸਮਤੀ ਪਾਣੀ ਦੀ ਸੰਭਾਲ ਲਈ ਅੱਗੇ ਆਏ ਹੈ ਕਮੇਟੀ ਨੇ ਕਰੀਬ 1 ਮਹੀਨਾ ਪਹਿਲਾਂ ਐਲਾਨ ਕੀਤਾ ਸੀ ਕਿ ਜਿਹੜੇ ਪਿੰਡ ਦੇ ਕਿਸਾਨ 25 ਜੂਨ ਤੋਂ ਬਾਅਦ ਝੋਨਾ ਲਾਉਣਗੇ ਉਹਨਾਂ ਨੂੰ 500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਪਿੰਡ ਦੇ ਬਹੁਤੇ ਕਿਸਾਨਾਂ ਨੇ ਕਮੇਟੀ ਦੇ ਇਸ ਐਲਾਨ ਦਾ ਸਵਾਗਤ ਕੀਤਾ 25 ਜੂਨ ਤੋਂ ਬਾਅਦ ਹੀ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਕੀਤਾ ਇਸ ਤਰ੍ਹਾਂ ਪਿੰਡ ਦੇ ਜ਼ਿਆਦਾਤਰ ਕਿਸਾਨਾਂ ਨੇ ਇਸ ਐਲਾਨ ਦਾ ਸਮਰਥਨ ਕਰਕੇ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਹੈ ਇਸ ਵਾਰ ਪਿੰਡ ਬੱਲੋ ਵਿੱਚ ਕਰੀਬ 2500 ਏਕੜ ਦਾ ਰਕਬਾ ਝੋਨੇ ਹੇਠਾਉਣਾ ਹੈ ਪਰ ਇਸ ਵਿੱਚੋਂ ਕਰੀਬ 1400 ਏਕੜ ਰਕਬੇ ਵਿੱਚ 25 ਜੂਨ ਤੋਂ ਬਾਅਦ ਲਵਾਈ ਹੋਈ ਹੈ ਜਿਸ ਕਾਰਨ 7 ਲੱਖ ਰੁਪਏ ਦਾ ਚੈੱਕ ਜਾਰੀ ਕੀਤਾ ਗਿਆ ਹੈ ਅਗਲੀ ਖਬਰ ਦੇ ਨਾਲ ਦੱਸਾਂਗੇ ਮੌਸਮ ਦੀ ਜਾਣਕਾਰੀ ਦੇਵਾਂਗੇ ਪੰਜਾਬ ਦੇ ਵਿੱਚ ਮੌਸਮ ਵਿਭਾਗ ਨੇ ਚੇਤਾਵਨੀ ਦੇ ਦਿੱਤੀ ਹੈ ਐਨਾ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਤੇਜ ਹਨੇਰੀਆਂ ਚੱਲਣ ਦਾ ਅਲਾਰਮ ਜਾਰੀ ਕਰ ਦਿੱਤਾ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਕਾਰਨ ਵੱਧ ਤੋਂ ਵੱਧ ਤਾਪਮਾਨ 2.6 ਡਿਗਰੀ ਹੀ ਦਿਰਾਵੜ ਦਰਜ ਕੀਤੀ ਗਈ ਹੈ ਇਸ ਦੇ ਨਾਲ ਹੀ ਇਹ ਆਮ ਤਾਪਮਾਨ ਨਾਲੋਂ 4.5 ਡਿਗਰੀ ਘੱਟ ਹੈ ਅਬਹੋਰ ਦੇ ਵਿੱਚ ਸਭ ਤੋਂ ਵੱਧ ਤਾਪਮਾਨ 37.7 ਡਿਗਰੀ ਦਰਜ ਕੀਤਾ ਗਿਆ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਮੌਸਮ ਵਿਭਾਗ ਨੇ 9 ਵਜੇ ਤੱਕ ਬਡਲਾਦਾ ਸਰਦੂਲਗੜ ਲਹਿਰਾ ਮਾਨਸਾ ਸੁਨਾ ਮੂਨਕ ਤਲਵੰਡੀ ਸਾਬੋ ਵਿੱਚ ਦਰਮਿਆਨੀ بارش ਦਾ ਅਲਾਰਮ ਜਾਰੀ ਕੀਤਾ ਹੈ ਇਸ ਦੌਰਾਨ 30 ਤੋਂ 40 ਕਿਲੋਮੀਟਰ ਦੀ ਤੇਜ਼ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਬਿਜਲੀ ਚਮਕਦੀ ਰਹੇਗੀ ਇਸ ਤੋਂ ਇਲਾਵਾ ਸੰਗਰੂਰ ਬਨਾਲਾ ਤਬਾ ਧੂਰੀ ਮੋਨਕ ਸਮਾਣਾ ਪਟਿਆਲਾ ਨਾਭਾ ਮਲੂਟ ਬਠਿੰਡਾ ਅਤੇ ਰਾਜਪੁਰਾ ਵਿੱਚ ਹਲਕੀ بارش ਦੀ ਚੇਤਾਵਨੀ ਦਿੱਤੀ ਗਈ ਹੈ ਮੌਸਮ ਵਿਭਾਗ ਵੱਲੋਂ ਸੂਬੇ ਦੇ ਚਾਰ ਜ਼ਿਲ੍ਹਿਆਂ ਵਿੱਚ yellow alert ਜਾਰੀ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਸ਼ਾਮਲ ਹਨ ਹੁਣ ਤੱਕ ਕੋਈ بارش ਦੇ ਹਿਸਾਬ ਨਾਲ ਫਿਰੋਜ਼ਪੁਰ ਵਿੱਚ 6.5 ਮਿਲੀਮੀਟਰ ਅਤੇ ਮੋਗਾ ਦੇ ਵਿੱਚ 0.5 ਮਹਾਲੀ ਵਿੱਚ 8 ਪਟਿਆਲਾ ਵਿੱਚ 12. ਪੰਜ ਮੀਂਹ ਦਰਜ ਕੀਤਾ ਗਿਆ ਜੀ ਅਗਲੀ ਖਬਰ ਕੰਗਨਾਂ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਭਰਾ ਨੇ ਲਾਈਵ ਹੋ ਕੇ ਸਿੱਖਾਂ ਤੋਂ ਮੰਗੀ ਮਦਦ ਸਾਂਸਦ ਮੈਂਬਰ ਕੰਗਨਾਂ ਰੌਤ ਦੇ ਥੱਪੜ ਮਾਰਨ ਵਾਲੀ ਸੀਐਸਐਫ ਜਵਾਨ ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਨੇ ਲਾਈਵ ਹੋ ਕੇ ਸਿੱਖਾਂ ਤੋਂ ਮਦਦ ਮੰਗੀ ਹੈ ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਨੇ ਸੰਗਤ ਨੂੰ ਬੇਨਤੀ ਕਰਦੇ ਕਿਹਾ ਕਿ ਦਾਲ ਫੋਲ ਕੇ ਨਾਲ ਜ਼ਿੰਦਗੀ ਅਤੇ ਮੌਤ ਦੀ ਲੜਾਈ ਅਸੀਂ ਹਰਿਆਣੇ ਦੀ ਬਾਰਡਰਾਂ ਤੇ ਲੜ ਰਹੇ ਹਾਂ ਇਹ ਸਾਰਾ ਕੁਝ ਕਿਸਾਨੀ ਦੀ ਦੇਣ ਹੈ ਇਸ ਲਈ ਕੁਲਵਿੰਦਰ ਕੌਰ ਦੇ ਨਾਂ ਤੇ ਜੋ ਵੀ ਤਿਲ ਫੁੱਲ ਦੇਣਾ ਹੈ ਉਹ ਮਾਇਆ ਮੋਰਚੇ 'ਚ ਪਹੁੰਚਾਈ ਜਾਵੇ ਬਹੁਤ ਸਾਰੇ ਫੋਨ ਆਉਂਦੇ ਹਨ ਉਹਨਾਂ ਨੂੰ ਸਮਝਾਉਣਾ ਔਖਾ ਹੋ ਜਾਂਦਾ ਹੈ ਕਿ ਅਸੀਂ ਕਿਸੇ ਨੂੰ ਕੋਈ ਖਾਤਾ ਨੰਬਰ ਨਹੀਂ ਦੇਵਾਂਗੇ ਜਿਸ ਕਿਸੇ ਵੀ ਮੇਰੇ ਵੀਰ ਜਾਂ ਭਰਾ ਨੇ ਸੰਸਥਾਵਾਂ ਨੇ ਮਾਇਆ ਇਕੱਠੀ ਕੀਤੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਇਸ ਟਾਈਮ ਚਾਰ ਮੋਰਚੇ ਚੱਲ ਰਹੇ ਆ ਤੁਸੀਂ ਮਾਇਆ ਇਹਨਾਂ ਮੋਰਚਿਆਂ ਤੇ ਪਹੁੰਚਾ ਦੇਵੋ ਕਿਉਂਕਿ ਉੱਥੇ ਸਖਤ ਜ਼ਰੂਰਤ ਹੈ ਉੱਥੇ ਪਾਣੀ ਤੋਂ ਲੈ ਕੇ ਕਈ ਪ੍ਰਬੰਧ ਕਰਨੇ ਹੁੰਦੇ ਆ ਪੈਸਿਆਂ ਦੀ ਲੋੜ ਹੁੰਦੀ ਹੈ ਅਗਲੀ ਖਬਰ ਕੁਲਗਾਮ ਤੋਂ ਆ ਰਹੀ ਹੈ ਜੀ ਕੁਲਗਾਮ ਦੇ ਵਿੱਚ ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਅੱਤਵਾਦੀ ਢੇਰ ਕੀਤੇ ਗਏ ਆ ਦੋ ਜਵਾਨ ਵੀ ਸ਼ਹੀਦ ਹੋਏ ਹਨ ਦੋਸਤੋ ਪਹਿਲਾ ਨਿੱਜੀ ਬੇਨਤੀ ਨੂੰ ਕਬੂਲ ਕਰਨਾ ਵੀਡੀਓ ਨੂੰ ਫੇਸਬੁੱਕ WhatsApp ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਜੀ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਦੇ ਨਾਲ ਕਿਉਂਕਿ ਖਬਰਾਂ ਅੱਜ ਦੀਆਂ ਬਹੁਤ ਹੀ ਮਹੱਤਵਪੂਰਨ ਹਨ ਸਾਰੀਆਂ ਖਬਰਾਂ ਇਸ ਚੈਨਲ ਤੇ ਤੁਹਾਨੂੰ ਮਿਲ ਜਾਣਗੀਆਂ ਜੰਮੂ ਕਸ਼ਮੀਰ ਦੇ ਕੁਲਗਾਮ ਝੱਤਵਾਦੀ ਨੂੰ ਕਾਬੂ ਕਰਨ ਲਈ ਸੁਰੱਖਿਆ ਬਲਾਂ ਨੇ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਆਪਰੇਸ਼ਨ ਦੌਰਾਨ ਸੁਰੱਖਿਆ ਬਲਾਂ ਨੇ 8 ਝੱਤਵਾਦੀ ਨੂੰ ਮਾਰ ਦਿੱਤਾ ਇਸ ਮੁਕਾਬਲੇ 'ਚ ਦੋ ਜਵਾਨ ਵੀ ਸ਼ਹੀਦ ਹੋ ਗਏ ਸਨ ਸ਼ਨੀਵਾਰ ਨੂੰ ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਫੌਜ ਨੇ ਤਲਾਸ਼ੀ ਮਹਿੰਮਾ ਚਲਾਈ ਅਧਿਕਾਰੀਆਂ ਨੇ ਦੱਸ ਅੱਤਵਾਦੀ ਮਾਰੇਗੇ ਤੇ ਦੋ ਜਵਾਨ ਸ਼ਹੀਦ ਹੋ ਗਏ ਜ਼ਿਲ੍ਹੇ ਚ ਦੋ ਥਾਵਾਂ ਤੇ ਮੁਕਾਬਲੇ ਹੋਏ ਇੱਕ ਆਪਰੇਸ਼ਨ ਚਿਨੀਗਾਮ ਫਰੀਸਾਲ ਅਤੇ ਮੋਦਰਗਾਮ ਖੇਤਰ ਦੇ ਵਿੱਚ ਚਲਾਇਆ ਗਿਆ ਸੀ ਅਗਲੀ ਖਬਰ ਦੇ ਵੱਲ ਵਧਦੇ ਹਾਂ ਜੀ ਅਗਲੀ ਖਬਰ ਹੁਣ ਟਰੈਕਟਰ ਪਿੱਛੇ ਬਨ ਕੇ ਜਿਹੜੀ ਖਬਰ ਆ ਰਹੀ ਹੈ ਮਦਭਾਗੀ ਖਬਰ ਦੇਖਣ ਨੂੰ ਮਿਲਦੀ ਹੈ ਟਰੈਕਟਰ ਪਿੱਛੇ ਬਨ ਕੇ ਮਦ ਨੂੰ ਘੜੀਸਣ ਵਾਲੇ ਵਿਅਕਤੀ ਖਿਲਾਫ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅੰਤਰ ਜਿੱਲੇ ਦੇ ਪਿੰਡ ਸਬਰਾ ਚ ਬੇਹੱਦ ਘਨੌਣਾ ਮਾਮਲਾ ਸਾਹਮਣੇ ਆਇਆ ਜਿੱਥੇ ਪਿਛਲੇ ਦਿਨੀ ਖੇਤ ਦੇ ਵਿੱਚ ਵੜ ਕੇ ਚਾਰਾ ਚਰਨ ਦੀ ਸਜ਼ਾ ਇੱਕ ਮੱਝ ਨੂੰ ਟਰੈਕਟਰ ਪਿੱਛੇ ਬੰਨ੍ਹ ਕੇ ਕਢੀਸ ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਪਿੰਡ ਸਬਰਾ ਦੇ ਇੱਕ ਵਿਅਕਤੀ ਮੱਝ ਨੂੰ ਖੇਤ ਤੋਂ ਘਰ ਲੈ ਜਾ ਰਿਹਾ ਸੀ ਇਸ ਦੌਰਾਨ ਮੱਝ ਗਲਤੀ ਨਾਲ ਪਿੰਡ ਸਬਰਾ ਦੇ ਹੀ ਕਿਸੇ ਹੋਰ ਵਿਅਕਤੀ ਦੇ ਖੇਤ ਦੇ ਵਿੱਚ ਚਰਨ ਚਲੀ ਗਈ ਜਿਸ ਤੋਂ ਗੁੱਸੇ ਵਿੱਚ ਆਏ ਖੇਤ ਦੇ ਮਾਲਕ ਨੇ ਮੱਝ ਨੂੰ ਟਰੈਕਟਰ ਪਿੱਛੇ ਬੰਨ੍ਹ ਕੇ ਸਾਰਕਤੇ 1 ਕਿਲੋਮੀਟਰ ਦੇ ਕਰੀਬ ਘੜੀਸਿਆ ਜਿਸ ਦੌਰਾਨ ਬੇਜਵਾਨ ਮੱਝ ਬੇਸੂਦਾ ਹੋ ਗਈ ਮੱਝ ਦੇ ਮਾਲਕ ਨੇ ਮੌਕੇ ਤੇ ਪੁਲਿਸ ਨੂੰ ਚੜਾਇਆ ਤੇ ਸਬਰਾ ਚੌਂਕੀ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਅਗਲੀ ਖਬਰ ਨਵਦੀਪ ਦੀ ਰਿਹਾਈ ਨੂੰ ਲੈ ਕੇ 17 ਨੂੰ ਐਸਪੀ ਦਾਕਰ ਕੇ ਰੰਦਾ ਐਲਾਨ ਕੀਤਾ ਗਿਆ ਨੌਜਵਾਨ ਕਿਸਾਨ ਆਗੂ ਨਵਦੀਪ ਸਿੰਘ ਜਲਵੇੜਾ ਨੂੰ ਕੇਂਦਰੀ ਜੇਲ੍ਹ ਅੰਬਾਲਾ ਤੋਂ ਰਿਹਾ ਕਰਵਾਉਣ ਲਈ ਰਣਨੀਤੀ ਬਣਾਉਣ ਲਈ ਅੱਜ ਸਵੇਰੇ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਬੁਲਾਣਾ ਦੇ ਗੁਰਦੁਆਰਾ ਵਿੱਚ ਮੀਟਿੰਗ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਦੇ ਕੌਮੀ ਪ੍ਰਧਾਨ ਅਮਰਜੀਤ ਸਿੰਘ ਮੋੜੀ ਨੇ ਕੀਤੀ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਸਰਵਨ ਸਿੰਘ ਬੰਦੇਰ ਜਸਵਿੰਦਰ ਸਿੰਘ ਲੌਂਗਵਾਲ ਨਵਦੀਪ ਦੇ ਪਿਤਾ ਜੈ ਸਿੰਘ ਜਲਬੇੜਾ ਤੇ ਹੋਰਾਂ ਨੇ ਨਵਦੀਪ ਦੀ ਰਿਹਾਈ ਲਈ 17 ਅਤੇ 18 ਜੁਲਾਈ ਨੂੰ ਅੰਬਾਲਾ ਦੇ ਐਸਪੀ ਦਫ਼ਤਰ ਘਰਾਉ ਕਰਨ ਦਾ ਫੈਸਲਾ ਕੀਤਾ ਹੈ ਅਗਲੀ ਖਬਰ 사ਕਾ ਨੀਲਾ ਤਾਰਾ ਨੂੰ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ਿਵ ਸੈਨਾ ਲੀਡਰ ਤੇ ਹਮਲਾ ਆਪ ਸੰਸਦ ਮੈਂਬਰ ਨੇ ਇਹ ਵੱਡੀ ਗੱਲ ਆਖ ਦਿੱਤੀ ਹੈ शिवसेना लीडर संदीप थापर ਤੇ ਹਮਲੇ ਦਾ ਮਾਮਲਾ ਗਰਮਾਇਆ ਹੋਇਆ ਹੈ ਬੀਜੇਪੀ ਇਸ ਮੁੱਦੇ ਉੱਪਰ ਸੱਤਾਧਾਰ ਆਮ ਆਦਮੀ ਪਾਰਟੀ ਨੂੰ ਘੇਰ ਰਹੀ ਹੈ ਪਰ ਆਪ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਹਾਣੀ ਨੇ ਕਿਹਾ ਕਿ शिवसेना ਆਗੂ ਨੂੰ ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਂਦੇ ਸਮੇਂ ਸੰਜਮ ਵਰਤਣਾ ਚਾਹੀਦਾ ਸੀ ਵਿਕਰਮਜੀਤ ਸਿੰਘ ਸਹਾਣੀ ਨੇ ਸੰਦੀਪ ਥਾਪਰ ਤੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ शिवसेना ਆਗੂ ਨੂੰ ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਂਦੇ ਸਮੇਂ ਸੰਜਮ ਵਰਤਣਾ ਚਾਹੀਦਾ ਸੀ ਟਵਿੱਟਰ ਤੇ ਜਾਣਕਾਰੀ ਸਾਂਝੀ ਕਰਦਾਂ ਸੰਸਦ ਮੈਂਬਰ ਨੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਵਿਅਕਤੀ ਖਿਲਾਫ ਹਿੰਸਾ ਦੀ ਸਾਕਤ ਨਿੰਦਾ ਕਰਦੇ ਹਾਂ ਪਰ ਸੰਦੀਪ ਧਾਪਰ ਨੂੰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ ਸੀ ਅਗਲੀ ਖਬਰ ਜਲੰਧਰ ਤੋਂ ਆ ਰਹੀ ਹੈ ਸੁਸ਼ੀਲ ਕੁਮਾਰ ਰਿੰਕੂ ਨੇ ਮੌਜੂਦਾ ਐਮਪੀ ਚਾਰਜੀ ਚੰਨੀ ਨੂੰ ਭੇਜਿਆ ਕਾਨੂੰਨੀ ਨੋਟਿਸ ਜਲੰਧਰ ਦੇ ਸਾਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਮੌਜੂਦਾ ਸੰਸਦ ਮੈਂਬਰ ਚਾਰਜੀ ਸਿੰਘ ਚੰਨੀ ਵੱਲੋਂ ਉਹਨਾਂ 'ਤੇ ਲਗਾਏ આરોਪਾਂ ਨੂੰ ਝੂਠਾ ਦੱਸਦੋਏ ਕਾਨੂੰਨੀ ਨੋਟਿਸ ਭੇਜਿਆ ਹੈ ਯਾਨੀ ਐਤਵਾਰ ਨੂੰ ਸਾਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਇਸ ਦੌਰਾਨ ਉਹਨਾਂ ਨੇ ਜਲੰਧਰ ਦੇ ਮ सुशील कुमार रिंकू ने अपने 30 लाख रुपये नु ਝੂਠਾ ਦੱਸਦੇ ਹੋਏ ਸੰਸਦ ਮੈਂਬਰ ਚੰਜੀ ਚੰਨੀ ਨੂੰ ਕਰੀਬ 6 ਪੰਨਿਆਂ ਦਾ ਕਾਨੂੰਨੀ ਨੋਟਿਸ ਭੇਜਿਆ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਮੇਰੇ ਪਿਤਾ ਤੋਂ ਬਾਅਦ ਮੇਰਾ ਪਰਿਵਾਰ ਜਲੰਧਰ ਪੱਛਮੀ ਹਾਲਪੇ ਦੀ ਸੇਵਾ ਕਰ ਰਿਹਾ ਭਾਵੇਂ ਮੈਂ ਵਿਧਾਇਕ ਸੀ ਜਾਂ ਐਮਪੀ ਸੀ ਪਰ ਇੱਕ ਹੀ ਦੋਸ਼ ਸੀ ਕਿ ਮੈਂ ਜਲੰਧਰ ਦੀ ਸੇਵਾ ਕਰ ਸਕਾਂ ਮੈਂ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਦੇ ਸੰਸਦ ਮੈਂਬਰ ਚੰਜੀ ਚੰਨੀ ਨੂੰ ਇਹ ਜੱਤੇ ਵਧਾਈ ਦੇਣਾ ਤੇ ਮੈਂ ਉਹਨਾਂ ਨੂੰ ਨਾਲ ਫੋਨ ਤੇ ਵੀ ਗੱਲਬਾਤ ਕੀਤੀ ਹੈ ਅਗਲੀ ਖਬਰ ਲੁਧਿਆਣਾ ਤੋਂ ਆ ਰਹੀ ਹੈ ਫਰਾਡ ਦਾ ਮਾਮਲਾ ਦੇਖਣ ਨੂੰ ਮਿਲਿਆ ਹੈ ਪੋਲੇ ਪਾਲੇ ਤੇ ਬੇਰੋਜ਼ਗਾਰ ਲੋਕਾਂ ਨੂੰ ਬੈਂਕਾਂ ਦੀ ਨਵੀਂ ਸਕੀਮ ਦਾ ਲਾਲਚ ਦੇ ਕੇ ਠੱਗੀ ਮਾਰਨ ਵਾਲੇ ਤਿੰਨ ਮੁਲਜ਼ਮ ਕਾਬੂ ਕੀਤੇ ਗਏ ਹਨ ਲੁਧਿਆਣਾ ਪੁਲਿਸ ਵੱਲੋਂ ਅਪਰਾਧੀ ਅਨਸਰਾਂ ਤੇ ਕਾਰਵਾਈ ਲਗਾਤਾਰ ਜਾਰੀ ਹੈ ਉਸੇ ਅਧੀਨ ਤਹਿਤ ਸਟੇਟ ਟੈਕਸ ਅਫਸਰ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ ਜਲੰਧਰ ਦੇ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਲੁਧਿਆਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਬੇਰੋਜ਼ਗਾਰ ਅਤੇ ਪੋਲੇ ਪਾਲੇ ਵਿਅਕਤੀਆਂ ਨੂੰ ਬੈਂਕਾਂ ਦੀ ਨਵੀਂ ਸਕੀਮ ਦਾ ਲਾਲਚ ਦੇ ਕੇ ਉਹਨਾਂ ਪਾਸੋਂ ਦਸਤਾਵੇਜ਼ ਹਾਲ ਹਾਲ ਜਿਹੜਾ ਹਾਸਲ ਕਰਕੇ ਉਹਨਾਂ ਦੇ ਨਾਮ ਪਰ ਜੀਐਸਟੀ ਨੰਬਰ ਲੈ ਕੇ ਬੈਂਕਾਂ ਵਿੱਚ ਅਕਾਊਂਟ ਖਲਵਾ ਕੇ ਜਾਲੀ ਫਾਰਮਾ ਤਿਆਰ ਕਰਵਾ ਕੇ ਤਿੰਨ ਦੂਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ 10 ਲੱਖ ਰੁਪਏ ਦੀ ਕਰੰਸੀ ਦੇ ਨੋਟ 39 ਚੈੱਕ ਬੁੱਕਾਂ 16 ਮੋਗਾ 5 ਮੋਬਾਈਲ ਫੋਨ 2 ਹਾਰਡ ਡਿਸਕਾਂ ਇੱਕ ਇਨੋਵਾ ਕ੍ਰਿਸਟਾ ਕਾਰ ਬਰਾਮਦ ਕੀਤੀ ਗਈ ਹੈ ਅਗਲੀ ਖਬਰ ਪ੍ਰਧਾਨ ਮੰਤਰੀ ਮੋਦੀ ਬਾਈ ਨੇ ਭਾਰਤ ਰੂਸ ਸਲਾਨਾ ਸੰਮੇਲਨ ਦੇ ਵਿੱਚ ਲੈਣਗੇ ਹਿੱਸਾ ਰੂਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਸਕੋ ਦੇ ਬਹੁਤ ਮਹੱਤਵਪੂਰਨ ਦੌਰੇ ਦੀ ਉਡੀਕ ਕਰ ਰਿਹਾ ਹੈ ਤੇ ਇਸ ਦੌਰੇ ਨੂੰ ਰੂਸ ਅਤੇ ਭਾਰਤ ਦੇ ਸਬੰਧਾਂ ਲਈ ਬਹੁਤ ਮਹੱਤਵਪੂਰਨ ਮੰਨ ਰਿਹਾ ਹੈ। ਰੂਸ ਦੇ ਰਾਸ਼ਟਰਪਤੀ ਦੇ ਅਧਿਕਾਰਤ ਨਿਵਾਸੀ ਅਤੇ ਰਾਫਤਰ ਕ੍ਰੈਮਲਿਨ ਦੇ ਬੁਲਾਰੇ ਦਮਿਟਰੀ ਪੈਸਕੋਵ ਨੇ ਬੀਤੇ ਦਿਨ ਇਹ ਜਾਣਕਾਰੀ ਦਿੱਤੀ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਸੱਦੇ ਤੇ ਪ੍ਰਧਾਨ ਮੰਤਰੀ ਮੋਦੀ ਬਾਈ ਨੇ ਭਾਰਤ ਰੂਸ ਸੰਮੇਲਨਾਂ ਦੇ ਵਿੱਚ ਹਿੱਸਾ ਲੈਣਗੇ ਤੇ 8 ਤੇ 9 ਜੁਲਾਈ ਨੂੰ ਮਾਸਕੋ ਦੇ ਵਿੱਚ ਹੋਣਗੇ ਵਿਦੇਸ਼ ਮੰਤਾਲੇ ਨੇ ਨਵੀਂ ਦਿੱਲੀ ਵਿੱਚ ਇਸ ਉੱਚ ਪੱਧਰੀ ਦੌਰੇ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਕਿਹਾ ਸੀ ਕਿ ਦੋਵੇਂ ਨੇਤਾ ਦੋਵਾਂ ਦੇਸ਼ਾਂ ਦੇ ਬਹੁ-ਆਯਾਮੀ ਸਬੰਧਾਂ ਦੀ ਵਿਆਪਕ ਸਮੀਖਿਆ ਕਰਨਗੇ ਤੇ ਆਪਸੀ ਹਿੱਤਾਂ ਦੀ ਸੰਭਾਲ ਲਈ ਖੇਤਰੀ ਤੇ ਵਿਸ਼ਵ ਮੁੱਦਿਆਂ ਤੇ ਚਰਚਾ ਕਰਨਗੇ ਅਗਲੀ ਖਬਰ ਮੁਕਸਰ ਤੋਂ ਲੰਬੇ ਰੂਟਾਂ ਲਈ ਜਿਹੜੀ ਰੇਲਾਂ ਦੀ ਮੰਗ ਕੀਤੀ ਜਾ ਰਹੀ ਹੈ ਮੁਕਸਰ ਤੋਂ ਚੰਡੀਗੜ੍ਹ ਤੇ ਦਿੱਲੀ ਤੱਕ ਸਿੱਧੀ ਰੇਲ ਸੇਵਾ ਨਾ ਹੋਣ ਕਰਕੇ ਖੇਤਰ ਦੇ ਵਿਕਾਸ ਤੇ ਮਾਰੂ ਅਸਰ ਪੈ ਰਿਹਾ ਹੈ ਇਸ ਕਰਕੇ ਹੁਣ ਨਵੀਂ ਕੇਂਦਰੀ ਸਰਕਾਰ ਪਾਸੋਂ ਮੁਕਸਰ ਵਾਸੀ ਰੇਲਵੇ ਸਹੂਤਾਂ ਦੀ ਮੰਗ ਕਰ ਰਹੇ ਹੈ ਫਿਰੋਜ਼ਪੁਰ ਮੰਡਲ ਰੇਲਵੇ ਦੇ ਉਪਭੋਗਤਾ ਸਲਾਹਕਾਰ ਕਮੇਟੀ ਦੇ ਮੈਂਬਰ ਸ਼ਾਮ ਲਾਲ ਗੋਇਲ ਨੇ ਰਵਨੀਤ ਬਿੱਟੂ ਰਾਜ ਰੇਲਵੇ ਮੰਤਰੀ ਭਾਰਤੀ ਸਰਕਾਰ ਨੂੰ ਪੱਤਰ ਲੈ ਕੇ ਕੋਟਕਪੂਰਾ ਮੁਕਸਰ ਫਾਜ਼ਿਲਕਾ ਰੇਲਵੇ ਸੈਕਸ਼ਨ ਤੇ ਲੰਬੇ ਰੂਟ ਦੀਆਂ ਯਾਤਰੀ ਰੇਲਵੇ ਗੱਡੀਆਂ ਚਲਾਉਣ ਦੀ ਮੰਗ ਕੀਤੀ ਹੈ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਫਾਇਲਕਾ ਮੁਕਸਰ ਚੰਡੀਗੜ੍ਹ ਫਾਜ਼ਿਲਕਾ ਤੋਂ ਉਯੋਧਿਆਵੰਦੇ ਭਾਰਤ ਟ੍ਰੇਨ ਚਲਾਈ ਜਾਵੇ। ਸ਼੍ਰੀ ਗੰਗਾਨਗਰ ਤੋਂ ਸ਼੍ਰੀ ਨੰਦੇੜ ਸਾਹਿਬ ਐਕਸਪ੍ਰੈਸ ਟ੍ਰੇਨ ਤੋਂ ਇਲਾਵਾ ਸ਼੍ਰੀ ਗੰਗਾਨਗਰ ਤੋਂ ਜੈਪੁਰ वाया ਫਾਜ਼ਿਲਕਾ ਬਠਿੰਡਾ ਰવાડી ਤੋਂ ਇਲਾਵਾ ਬੀਕਾਨੇਰ ਤੋਂ ਅਮਰਸਰ वाया ਫਾਜ਼ਿਲਕਾ ਰੇਲ ਗੱਡੀਆਂ ਨੂੰ ਵੀ ਹਰੀ ਝੰਡੀ ਦਿੱਤੀ ਜਾਵੇ। ਅਮਰਸਰ ਤੋਂ ਖਬਰ ਆ ਰਹੀ ਹੈ ਅਮਰਸਰ ਦੇ ਵਿੱਚ ਦਿਹਾਤੀ ਸੀਆਈਏ ਸਟਾਫ ਵੱਲੋਂ 2 ਕਿਲੋ 500 ਗ੍ਰਾਮ ਅਫੀਮ ਤੇ ਗੱਡੀ ਸਮੇਤ ਪਿਓ ਪੁੱਤ ਕਾਬੂ ਕੀਤੇ ਗਏ ਹਨ ਅੰਮ੍ਰਿਤਸਰ ਦੇ ਹਾਤੀ ਸੀਆਈਏ ਸਟਾਫ ਨੇ ਮਿਲੀ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹਾਂ 2 ਕਿਲੋ 500 ਗ੍ਰਾਮ ਅਫੀਮ ਤੇ ਗੱਡੀ ਸਮੇਤ 2 ਪਿਓ ਪੁੱਤਰ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਇਸ ਮੌਕੇ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੜੇ ਗਏ ਤਸਕਰਾਂ ਦੀ ਪਛਾਣ 사ਜਨਬੀਰ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਬਲਦੇਵ ਸਿੰਘ ਪੁੱਤਰ ਸਲਵੰਤ ਸਿੰਘ ਵਾਸੀ ਡੰਡੇ ਵੱਜੂ ਹੋਈ ਹੈ ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਸੀਆਈਏ ਸਟਾਫ ਨੂੰ ਸੂਚਨਾ ਮਿਲੀ ਸੀ ਕਿ ਤਸਕਰ 사ਜਨਬੀਰ ਸਿੰਘ ਤੇ ਬਲਦੇਵ ਸਿੰਘ ਦੋਵੇਂ ਪਿਓ ਪੁੱਤਰ ਇਲਾਕੇ ਵਿੱਚ ਵੱਡੀ ਪੱਧਰ ਤੇ ਅਫੀਮ ਸਪਲਾਈ ਦਾ ਕਾਰੋਬਾਰ ਕਰਦੇ ਹਨ ਉਹਨਾਂ ਕੋਲੋਂ 2 ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ। ਅਗਲੀ ਖਬਰ ਔਰਤਾਂ ਨੂੰ 100 ਰੁਪਏ ਦੇ ਮਾਫ਼ ਕਰਨਾ 1100 ਰੁਪਏ ਦੇਣ ਦੇ ਬਾਰੇ ਮੰਤਰੀ ਦਾ ਬਿਆਨ ਜਿਹੜਾ ਜੜਾ ਗੁੰਮਰਾਹਕਾ ਹਨ ਅਮਿਤ ਵੇਜ ਨੇ ਇਹ ਜਾਣਕਾਰੀ ਦਿੱਤੀ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਔਰਤਾਂ ਨੂੰ 1100 ਰੁਪਏ ਦੇਣ ਵਿੱਚ ਨਾਕਾਮ ਰਹੀ ਹੈ। ਦੂਜੇ ਪਾਸੇ ਉਹਨਾਂ ਦੇ ਮੰਤਰੀ ਗੁੰਮਰਾਹਕਾ ਹਨ ਪ੍ਰਚਾਰ ਕਰ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਖਜ਼ਾਨਚੀ ਅਤੇ ਸਾਬਕਾ ਵਿਧਾਇਕ ਅਮਿਤ ਵੇਜ ਨੇ ਪਠਾਨਕੋਟ ਵਿਖੇ ਗੱਲਬਾਤ ਦੌਰਾਨ ਕੀਤਾ। ਅਵੇ ਤੇ ਵੇਚਨੇ ਹਾਲ ਹੀ ਚ ਪੰਜਾਬ ਦੀ ਮੰਤਰੀ ਡਾਕਟਰ ਬਲਜੀਤ ਕੌਰ ਦੇ ਬਿਆਨ ਤੇ ਪ੍ਰतिकਾਰਨ ਦਿੰਦਿਆ ਕਿਹਾ ਕਿ ਔਰਤਾਂ ਨੂੰ 1100 ਰੁਪਏ ਦੇਣ ਦੇ ਬਾਅਦ ਇਹਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਨੂੰ 900 ਕਰੋੜ ਦੀ ਨਹੀਂ ਸਗੋਂ 13000 ਕਰੋੜ ਰੁਪਏ ਪ੍ਰਤੀ ਸਾਲ ਦੀ ਬਜਟ ਦੀ ਲੋੜ ਹੈ ਉਹਨਾਂ ਕਹਿੰਦੇ ਪੰਜਾਬ ਦੇ ਮੰਤਰੀ ਦਾ ਬਿਆਨ ਪੰਜਾਬ ਦੇ ਲੋਕਾਂ ਨੂੰ ਗਮਰਾਹਪਨ ਕਰ ਰਿਹਾ ਹੈ ਝੂਠੇ ਪ੍ਰਚਾਰ ਦਿੱਤੇ ਜਾ ਰਹੇ ਹਨ ਸੋ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿੱਤਾ ਹੋਵੇਗਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਹੋਵੇਗਾ ਕੋਈ ਗਲਤੀ ਪੁੱਲ ਚ ਕੋਈ ਹੋਵੇ ਤਾਂ ਮਾਫ ਕਰਨਾ ਜੀ ਦੇਖ ਕੇ ਕੋਈ ਸੁਝਾਅ ਦੇਣਾ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣਾ ਸੁਝਾਅ ਦੇ ਸਕਦੇ ਹੋ ਅਸੀਂ ਉਸ ਉਤੇ ਗੌਰ ਕਰਾਂਗੇ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ